ਪੰਜਾਬੀ ਸਿੰਗਰ ਨਿੰਜਾ ਦੇ ਘਰ ਆਈਆਂ ਖੁਸ਼ੀਆਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀਆਂ ਤਸਵੀਰਾਂ ਫਿਲਮ ਇੰਡਸਟਰੀ ਤੋਂ ਮਿਊਜ਼ਿਕ ਇੰਡਸਟਰੀ 'ਚ ਆਪਣਾ ਨਾਮ ਬਣਾ ਰਹੇ ਪੰਜਾਬੀ ਗਾਇਕ ਅਦਾਕਾਰ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਆ ਉਹਨਾਂ ਨੇ ਆਪਣੇ ਫੈਨਸ ਨੂੰ ਦੱਸਿਆ ਹੈ ਕਿ ਉਹ ਪਿਤਾ ਬਣ ਗਏ ਹਨ ਉਹਨਾਂ ਨੇ ਆਪਣੇ ਦੂਜੇ ਬੱਚੇ ਦੇ ਆਪਣੇ ਘਰ ਵਿੱਚ ਸਵਾਗਤ ਕੀਤਾ ਪੋਸਟ ਵਿੱਚ ਗਾਇਕ ਨੇ ਦੱਸਿਆ ਕਿ ਉਹਨਾਂ ਨੇ ਆਪਣੇ بیٹے ਦਾ ਨਾਮ ਓਮਕਾਰ ਰੱਖਿਆ ਦੱਸਦੀ ਹੈ ਕਿ ਗਾਇਕ ਨੇ ਆਪਣੇ ਨਵਜੰਮੇ ਪੁੱਤਰ ਦੇ ਚਿਹਰੇ ਦੀ ਤਸਵੀਰਾਂ ਪੋਸਟ ਨਹੀਂ ਕੀਤੀਆਂ ਪਰ ਉਹਨਾਂ ਦੇ ਵੱਲੋਂ ਜੋ ਆ ਬੱਚੇ ਦੇ ਛੋਟੇ ਪੈਰਾ ਅਤੇ ਹੱਥਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਹੁਣ ਉਹਨਾਂ ਦੇ ਫਰਸ਼ਨ ਸੇ ਕੋਨਾਂ ਨੂੰ ਵਧਾਈ ਦਿੰਦੇ ਹੋਏ ਗਾਇਕ ਦੀ ਪੋਸਟ ਉੱਤੇ ਕਮੈਂਟ ਵੀ ਕਰ ਰਹੇ ਨੇ ਪੰਜਾਬੀ ਸਿਤਾਰਿਆਂ ਜਿਵੇਂ ਕਿ ਕੋਵਰ ਵਿਰਕ ਦੀਪ ਜੰਡੂ ਅਦਾਕਾਰ ਅਨਵੀ ਰਾਣਾ ਨੇ ਪੋਸਟ ਉੱਤੇ ਕਮੈਂਟ ਕੀਤੇ ਨੇ ਨਿੰਜਾ ਨੂੰ ਵਧਾਈ ਦਿੰਦੇ ਹੋਏ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਦੀ ਗੱਲ ਆਖੀ ਹੋਨੂ ਦੱਸਦੀ ਹੈ ਕਿ ਅਕਤੂਬਰ 2022 ਚ ਨਿੰਜਾ ਨੇ ਆਪਣੇ ਪਹਿਲੇ ਪੁੱਤਰ ਨਿਸ਼ਾਨ ਦਾ ਸਵਾਗਤ ਕੀਤਾ ਸੀ ਨਿੰਜਾ ਨੇ ਨਿਸ਼ਾਨ ਦੇ ਸਮੇਂ ਵੀ ਅਜਿਹੀ ਇੱਕ ਪੋਸਟ ਸ਼ੇਅਰ ਕੀਤੀ ਸੀ ਪਹਿਲਾਂ ਤਾਂ ਚਿਹਰਾ ਸਾਹਮਣੇ ਨਹੀਂ ਆਇਆ ਸੀ ਪਰ ਨਾਮ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਸੀ ਪਰ ਹੁਣ ਦੂਜੇ ਬੇਟੇ ਦੇ ਸਮੇਂ ਵੀ ਉਹਨਾਂ ਦੇ ਵੱਲੋਂ ਆਪਣੇ ਬੱਚੇ ਦੀਆਂ ਪੈਰਾਂ ਅਤੇ ਹੱਥਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਤੇ ਆਪਣੇ ਬੇਟੇ ਦਾ ਨਾਮ ਵੀ ਜੋਆ ਅਫੀਸ਼ੀਅਲੀ ਅਨਾਉਂਸ ਕਰ ਦਿੱਤਾ ਗਿਆ ਬੇਟੇ ਦਾ ਨਾਮ ਓਮਕਾਰ ਰੱਖਿਆ ਗਿਆ ਅਧੀ ਜੀ ਨਿੰਜਾ ਦੇ ਵਰਕ ਫਰੈਂਡ ਦੀ ਗੱਲ ਕਰੀਏ ਤੇ ਨਿੰਜਾ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਸਾਰੇ ਗੀਤ ਗਾ ਚੁੱਕੇ ਨੇ ਉਹਨਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਵੀ ਮਿਲਿਆ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਿਲਮ ਇੰਡਸਟਰੀ ਦੇ ਵਿੱਚ ਵੀ ਕਦਮ ਰੱਖਿਆ ਗਿਆ ਸੀ ਫਿਲਮਾਂ ਦੇ ਵਿੱਚ ਵੀ ਉਹਨਾਂ ਦੀ ਅਦਾਕਾਰੀ ਨੂੰ ਫੈਨਸ ਦੇ ਵੱਲੋਂ ਕਾਫੀ ਪਿਆਰਾ ਦੱਸਿਆ ਗਿਆ ਵਰਕ ਫਰੈਂਡ ਦੇ ਵਿੱਚ ਦੱਸ ਦਈਏ ਕਿ ਉਹਨਾਂ ਨੂੰ ਫਿਲਮ ਫੇਰ ਮਾਮਲਾ ਗੜਬੜ ਦੇ ਵਿੱਚ ਹਾਲ ਹੀ ਚ ਦੇਖਿਆ ਗਿਆ ਸੀਗਾ ਉਹਨਾਂ ਨੇ ਬਹੁਤ ਸਾਰੇ ਨਵੇਂ ਸੰਗੀਤ ਅਤੇ ਫਿਲਮ ਪ੍ਰੋਜੈਕਟਸ ਚੋਂ ਹੈ ਆਉਣ ਵਾਲੇ ਨੇ ਜਨਾਦਾ ਫੈਨਸ ਦੇ ਵੱਲੋਂ ਕਾਫੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੰਜਾਬੀ ਸਿੰਗਰ ਨਿੰਜਾ ਦੇ ਘਰ ਆਈਆਂ ਖੁਸ਼ੀਆਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀਆਂ ਤਸਵੀਰਾਂ ਫਿਲਮ ਇੰਡਸਟਰੀ ਤੋਂ ਮਿਊਜ਼ਿਕ ਇੰਡਸਟਰੀ 'ਚ ਆਪਣਾ ਨਾਮ ਬਣਾ ਰਹੇ ਪੰਜਾਬੀ ਗਾਇਕ ਅਦਾਕਾਰ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਆ। ਉਹਨਾਂ ਨੇ ਆਪਣੇ ਫੈਨਸ ਨੂੰ ਦੱਸਿਆ ਹੈ ਕਿ ਉਹ ਪਿਤਾ ਬਣ ਗਏ ਹਨ। ਉਹਨਾਂ ਨੇ ਆਪਣੇ ਦੂਜੇ ਬੱਚੇ ਦੇ ਆਪਣੇ ਘਰ ਵਿੱਚ ਸਵਾਗਤ ਕੀਤਾ ਹੈ। ਪੋਸਟ ਵਿੱਚ ਗਾਇਕ ਨੇ ਦੱਸਿਆ ਕਿ ਉਹਨਾਂ ਨੇ ਆਪਣੇ بیٹے ਦਾ ਨਾਮ ਓਮਕਾਰ ਰੱਖਿਆ। ਦੱਸਦੀ ਹੈ ਕਿ ਗਾਇਕ ਨੇ ਆਪਣੇ ਨਵਜੰਮੇ ਪੁੱਤਰ ਦੇ ਚਿਹਰੇ ਦੀ ਤਸਵੀਰਾਂ ਪੋਸਟ ਨਹੀਂ ਕੀਤੀਆਂ ਪਰ ਉਹਨਾਂ ਦੇ ਵੱਲੋਂ ਜੋ ਆ ਬੱਚੇ ਦੇ ਛੋਟੇ ਪੈਰਾ ਅਤੇ ਹੱਥਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਹੁਣ ਉਹਨਾਂ ਦੇ ਫਰਸ਼ਨ ਸਿਕ ਉਹਨਾਂ ਨੂੰ ਵਧਾਈ ਦਿੰਦੇ ਹੋਏ ਗਾਇਡ ਦੀ ਪੋਸਟ ਉੱਤੇ ਕਮੈਂਟ ਵੀ ਕਰ ਰਹੇ ਨੇ ਪੰਜਾਬੀ ਸਿਤਾਰੇ ਜਿਵੇਂ ਕਿ ਕੋਵਰ ਵਿਰਕ ਦੀਪ ਚੰਡੂ ਅਦਾਕਾਰ ਅਨਵੀ ਰਾਣਾ ਨੇ ਪੋਸਟ ਉੱਤੇ ਕਮੈਂਟ ਕੀਤੇ ਨੇ ਨਿੰਜਾ ਨੂੰ ਵਧਾਈ ਦਿੰਦੇ ਹੋਏ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਦੀ ਗੱਲ ਆਖੀ ਹੈ ਤਾਨੂੰ ਦੱਸਦੀ ਹੈ ਕਿ ਅਕਤੂਬਰ 2022 ਚ ਨਿੰਜਾ ਨੇ ਆਪਣੇ ਪਹਿਲੇ ਪੁੱਤਰ ਨਿਸ਼ਾਨ ਦਾ ਸਵਾਗਤ ਕੀਤਾ ਸੀ ਨਿੰਜਾ ਨੇ ਨਿਸ਼ਾਨ ਦੇ ਸਮੇਂ ਵੀ ਅਜਿਹੀ ਇੱਕ ਪੋਸਟ ਸ਼ੇਅਰ ਕੀਤੀ ਸੀ ਪਹਿਲਾਂ ਤਾਂ ਚਿਹਰਾ ਸਾਹਮਣੇ ਨਹੀਂ ਆਇਆ ਸੀ ਪਰ ਨਾਮ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਸੀ ਪਰ ਹੁਣ ਦੂਜੇ ਬੇਟੇ ਦੇ ਸਮੇਂ ਵੀ ਉਹਨਾਂ ਦੇ ਵੱਲੋਂ ਆਪਣੇ ਬੱਚੇ ਦੀਆਂ ਪੈਰਾਂ ਅਤੇ ਹੱਥਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਪਣੇ ਬੇਟੇ ਦਾ ਨਾਮ ਵੀ ਜੋਆ ਅਫੀਸ਼ੀਅਲੀ ਅਨਾਉਂਸ ਕਰ ਦਿੱਤਾ ਗਿਆ ਬੇਟੇ ਦਾ ਨਾਮ ਓਮਕਾਰ ਰੱਖਿਆ ਗਿਆ ਅਧੀਚ ਨਿੰਜਾ ਦੇ ਵਰਕ ਫਰੈਂਡ ਦੀ ਗੱਲ ਕਰੀਏ ਤੇ ਨਿੰਜਾ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਸਾਰੇ ਗੀਤ ਗਾ ਚੁੱਕੇ ਨੇ ਉਹਨਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਵੀ ਮਿਲਿਆ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਿਲਮ ਇੰਡਸਟਰੀ ਦੇ ਵਿੱਚ ਵੀ ਕਦਮ ਰੱਖਿਆ ਗਿਆ ਸੀ ਫਿਲਮਾਂ ਦੇ ਵਿੱਚ ਵੀ ਉਹਨਾਂ ਦੀ ਅਦਾਕਾਰੀ ਨੂੰ ਫੈਨਸ ਦੇ ਵੱਲੋਂ ਕਾਫੀ ਪਿਆਰਾ ਦੱਸਿਆ ਗਿਆ ਵਰਕ ਫਰੈਂਡ ਦੇ ਵਿੱਚ ਦੱਸ ਦਈਏ ਕਿ ਉਹਨਾਂ ਨੂੰ ਫਿਲਮ ਫੇਰ ਮਾਮਲਾ ਗੜਬੜ ਦੇ ਵਿੱਚ ਹਾਲ ਹੀ ਚ ਦੇਖਿਆ ਗਿਆ ਸੀਗਾ ਉਹਨਾਂ ਨੇ ਬਹੁਤ ਸਾਰੇ ਨਵੇਂ ਸੰਗੀਤ ਅਤੇ ਫਿਲਮ ਪ੍ਰੋਜੈਕਟਸ ਚੋਂ ਹੈ ਆਉਣ ਵਾਲੇ ਨੇ ਜਨਾਦਾ ਫੈਨਸ ਦੇ ਵੱਲੋਂ ਕਾਫੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ